ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਸੋ ਅੱਜ ਦੀ ਲੇਟੈਸਟ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ 343 ਅਤੇ 55 ਬੈਕਲੌਗ ਦੀਆਂ ਇਮਤਹਾਨਾਂ ਸੰਬੰਧਿਤ ਅੱਜ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿਉਂਕਿ ਇਹਦਾ ਐਗਜ਼ਾਮ ਹੈ ਜਿਹੜਾ ਹੋਣ ਵਾਲਾ ਸੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਪਹਿਲਾਂ ਜਾਰੀ ਕੀਤਾ ਗਿਆ ਸੀ ਜਾਂ ਪੇਪਰਾਂ ਦਾ ਜਿਹੜਾ ਸ਼ਡਿਊਲ ਸੀ ਉਹ ਜਾਰੀ ਕੀਤਾ ਗਿਆ ਸੀ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਜੀ ਉਹ ਨੋਟੀਫਿਕੇਸ਼ਨ ਜੋ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਹੈ 1 ਦੇ ਨੋ 43 ਲੈਕਚਰਰ 55 ਬੈਕਲੌਂਗ ਲੈਕਚਰਰ ਦੀ ਭਰਤੀ ਕੰਮ ਸੰਬੰਧਿਤ ਜੋ ਪ੍ਰੀਖਿਆ ਆਯੋਜਨ ਕੀਤੀ ਗਈ ਸੀ ਤਾਂ ਇਹ ਜਿਹੜੀ 19/3/2023 26/3/2023 ਨੂੰ ਲਈ ਜਾਣ ਵਾਲੀ ਪ੍ਰੀਖਿਆ ਜਿਹੜੀ ਉਹ ਤਕਨੀਕੀ ਕਾਰਨਾਂ ਕਰਕੇ ਅਗਲੇ ਹੁਕਮਾਂ ਤੱਕ ਪੋਸਟਪੋਨ ਹੈ ਜਿਹੜੀ ਕਰ ਦਿੱਤੀ ਗਈ ਹੈ ਸੋ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਐਗਜ਼ਾਮ ਦਾ ਸ਼ਡਿਊਲ ਜਾਰੀ ਹੋਇਆ ਸੀ ਕਿਹੜੀ ਤਰੀਕ ਨੂੰ ਕਿਹੜੇ ਸਬਜੈਕਟ ਦਾ ਐਗਜ਼ਾਮ ਹੋਣਾ ਤੁਹਾਨੂੰ ਅਪਡੇਟ ਵੀ ਦਿੱਤੀ ਸੀ ਪਰ ਹੁਣ ਕੋਈ ਤਕਨੀਕੀ ਕਾਰਨਾਂ ਕਰਕੇ ਜਿਹੜਾ ਇਹ ਐਗਜ਼ਾਮ ਪੋਸਟਪੋਨ ਹੋ ਚੁੱਕਿਆ ਹੈ ਅੱਗੇ ਜੋ ਨਵਾਂ ਨੋਟੀਫਿਕੇਸ਼ਨ ਆਏਗਾ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ